बिस्मिल्लाहिर्रहमानिर्रहीम। हाँ जी, तो सुबह का टाइम आ, तो माशाल्लाह ठंडी हवा चली है, कितने बारिश होंगी है, ठंडी ठंडी तेज़ हवा ही है। तो कोई कोई कनिया आदि से चार पे बरामदे कीतियाँ, मैं नाश्ता बनाया, सब नाश्ता करते पे ने। मक्खन वाले पराठे नाल मट्टी की लस्सी नाल दही अचार। तो फिर रेहान अली की तबीयत नहीं ठीक, इन्हू डबल रोटी देनी है, तो इन्हू मैं दुध पत्ती बनाया तो लिया के दिनी हूँ। मामा ने जूस बनाया सी, पीता वा चा छोटा है, उन्होंने भी दिने। दोपहर का खाना खा के थोड़ी देर आराम किया, हूँ शाम का टाइम हो गया है। तो मैं लैन चली मोटियां लकड़ा चुल्हे में लाइनी हाँ, तो हंडिया बनाने। वाओ वाओ वाओ, इधर देखो, इधर ओ परे हमसाया दे, इधर गावं चरा आते होंगे। अगे कई बार भेडुआ का इज्जर लैके आते होंगे, अज गाव लैके आए हैं। इतने खाले में पानी आया से, मेरे ख्याल हजे भी अगे जाता है पानी। हम असं सौ के उठे, तो मैं घर देखे तो इतने मामा को नहीं सी, तो इतने बहर आके देखे तो मामा सालन बना लगी सी, तो उधर देखे तो उत सारिया भेडा गाव गाव भेडा सब कुछ ही। भाई गाव चला भाई बस भाई पानी जान क्या वा भाई, पानी भी ला रहे हैं पापा। मार दिया नहीं देखे पत्थी खाने भुल गया। बिरयानी बन रही है, चावल शौक न खा लेंगे, वैसे पकाया हो तो नहीं। हाँ जी, अब्बा जी को ना बोटियां नहीं खादिया जाए, फिर हो जाता ना। हाँ जी, तो फिर वो मसाले मसूले ला खाधी सी कल भी अब्बा जी ने, तो मैं चावलों पा लें, खुश होकर खा लेंगे। हाँ जी, हाँ जी।
ਮੰਗੀ ਅੱਲਾਹ ਤਾਲਾ ਦਾ ਸ਼ੁਕਰ ਕੁਰਬਾਨੀ ਵੀ ਤੇ ਹਾਂਜੀ ਈਦ ਵੀ ਤੇ ਸ਼ੁਕਰ ਆ ਕਿਆ ਈਦ ਵਾਲੇ ਦਿਨ ਦਾ ਨਾ ਕੁਛ ਪਹਿਲੇ ਨਾਲੋਂ ਫਰਕ ਆ ਰਿਹਾ ਮੌਸਮ ਦਾ ਮੌਸਮ ਕਾਫੀ ਬਿਹਤਰ ਹੋ ਗਿਆ ਕਿ ਹਾਂਜੀ ਬਦਲ ਬਾਰਿਸ਼ ਬਹੁਤ ਗਰਮੀ ਸੀ ਤੇ ਉਹ ਦਿਨੇ ਬਾਰਿਸ਼ ਹੋਈ ਆਈ ਦਾ ਠੰਡਾ ਬਣ ਗਿਆ ਹਾਲੇ ਬੜੇ ਖੰਡ ਬਦਲ ਬਣੇ ਆ ਇਹਨੇ ਪਤਾ ਨਹੀਂ ਹੋਣਾ ਨਹੀਂ ਨਹਾਉਣ ਵਾਸਤੇ ਨਾਲਾ ਨਾਲਾ ਫਿਰ ਮੈਂ ਵੀ ਨਹਾਉਣ ਲੱਗਾ ਜੇ ਤੂੰ ਨਾਲਾ ਫਿਰ ਤੂੰ ਪਾਪਾ ਨਾਲ ਦਵਾਈ ਨਾ ਨਹੀਂ ਤੂੰ ਨਾ ਸ਼ਾਵਰ ਤੇ ਨਾਲਾ ਮੈਂ ਨਲਕੇ ਤੇ ਨਾਲ ਜੇ ਵਾਸ਼ਰੂਮ ਚਲੇ ਜਾ ਉੱਥੇ ਨਾਲ ਹੀ ਆ ਤੇ ਫਿਰ ਪਾਪਾ ਉੱਥੇ ਤੇਰੇ ਪਾਪਾ ਕਹਿੰਦੇ ਨਲਕੇ ਦਾ ਪਾਣੀ ਠੰਡਾ ਸਭ ਮੋਟਰ ਦਾ ਪਾਣੀ ਨਹੀਂ ਠੰਡਾ ਨਹੀਂ ਨਿਕਲਦਾ ਨਲਕਾ ਦਾ ਮੜਾ ਜਿਹਾ ਲਾਈਏ ਤੇ ਜਾ ਪਾਣੀ ਨਿਕਲ ਮੋਟਰ ਚੱਲੇ ਉਹਦਾ ਹੀ ਠੰਡਾ ਲੱਗਦਾ ਦੇਖਣਾ ਕੋਲ ਹੀ ਹੈ ਫਿਰ ਵੀ ਨਹੀਂ ਠੰਡਾ ਪਤਾ ਨਹੀਂ ਫਿਰ ਜਦੋਂ ਆਟੋਮੈਟਿਕ ਨਾ ਜਿਸਮ ਬੰਦ ਹੋ ਜਾਂਦੀ ਫਿਰ ਪਾਣੀ ਗਰਮ ਹੋ ਜਾਂਦਾ ਫਿਰ ਚੱਲਦੀ ਹੈ ਜੀ ਤੇ ਉਹ ਇਹ ਜਿਹੜਾ ਪਾਣੀ ਜਖ ਨਿਕਲਦਾ ਜਿਵੇਂ ਜਿਵੇਂ ਮੁਝ ਲਾਈ ਜੋ ਨਲਕੇ ਦਾ ਬਹੁਤ ਸੋਹਣਾ ਪਾਣੀ ਹੈਂਡ ਪੰਪ ਅੱਬਾ ਜੀ ਦੇ ਹੁੱਕੇ ਤੇ ਅੱਗ ਪਾਉਣੀ ਅੱਬਾ ਜੀ ਦੇ ਹੁੱਕੇ ਤੇ ਅੱਗ ਪਾਉਣੀ ਬਿਲਕੁਲ ਪਾਉਣੀ ਮੈਂ ਲੱਕੜੀਆਂ ਪਿੱਛੇ ਕਰਨ ਲੱਗੀ ਹਾਂ ਜੇ ਦਮ ਤੇ ਰੱਖਦੀ ਆ ਤੇ ਫਿਰ ਪਾ ਦਿਓ ਇੰਚ ਨੂੰ ਜੇ ਤਾਂ ਦਮ ਤੇ ਕੋਲਿਆਂ ਤੇ ਦਮ ਕਰਨੇ ਜਦੋਂ ਕੋਲੇ ਕੱਢੇ ਗਿਆ ਨਹੀਂ ਜਿੰਨੇ ਜਨ ਨੂੰ ਤੁਸੀਂ ਤੇ ਮਾਰ ਕੇ ਤੁਮ ਪਾਉਣਾ ਨਾ ਉਨੀ ਦੇਰ ਤੇ ਹੋ ਜਾਣਾ ਹੈ ਨਾ ਬਸ ਠੀਕ ਆ ਅਜੇ ਤੁਸੀਂ ਨਹਾਉਣ ਲੱਗੇ ਪਹਿਲਾਂ ਪਾ ਲਵਾਂ ਕਿ ਨਾ ਕਰੋ ਫਿਰ ਬਾਅਦ ਚ ਪਾਉਣਾ ਨਹਾਉਣਾ ਤਾਂ ਨਾ ਲਓ ਮੈਂ ਦਮ ਤੇ ਰੱਖ ਲਿਆ ਬਸ ਠੀਕ ਆ ਦਮ ਤੇ ਰੱਖਿਆ ਤਾਂ ਠੀਕ ਆ ਫੇ ਪਾ ਕੇ ਮਸਾਲਾ ਮਸੂਲਾ ਠੀਕ ਆ ਪਕਾ ਕੇ ਮਸਾਲਾ ਮਸੂਲਾ ਕੀ ਪਾ ਕੇ ਫਿਰ ਤਮਾਕੂ ਪਾ ਕੇ ਨਾ ਤੋਨੇ ਜੇ ਨੂੰ ਤਿਆਰ ਕਰ ਲੈ ਜਦੋਂ ਤੂੰ ਲੈ ਲੈ ਨਾ ਹਾਂਜੀ ਫਿਰ ਮੈਂ ਤੇਰੇ ਕੋਲੇ ਹੈ ਬਹੁਤ ਕੋਲੇ ਹਾਂਜੀ ਫਿਰ ਮੈਂ ਹੁੱਕਾ ਪਾ ਲਾਂ ਚਾਵਲਾਂ ਨੂੰ ਦਮ ਤੇ ਰੱਖ ਦਿੱਤਾ ਤੇ ਅੱਗ ਮੈਂ ਪਿੱਛੇ ਕਰ ਲਈ ਸੀ ਲੱਕੜੀਆਂ ਪਿੱਛੇ ਕਰਦੀਆਂ ਤੇ ਮੈਂ ਕਿਹਾ ਸੀ ਅੱਗ ਬੁੱਝ ਜਾਣੀ ਫਿਰ ਹਾਂ ਪਤਾ ਕਹਿੰਦੇ ਮੈਂ ਪਹਿਲੇ ਹੁੱਕਾ ਪਾ ਦਾਂ ਫਿਰ ਮੈਂ ਨਾਲ ਲਾਉਂਗੀ ਹਾਂਜੀ ਤੁਸੀਂ ਸਾਰੀ ਖਲਾਰੀ ਦਿੱਤੀ ਦਿੰਦੇ ਨਾ ਸੇਕ ਹੁੰਦਾ ਹੈ ਨਾ ਤੂੰ ਨਾ ਆਇਆ ਤੂੰ ਸਭ ਤੋਂ ਪਹਿਲੇ ਨਾ ਲੈਂਦਾ ਹੈ ਨਾ ਹਾਂਜੀ ਸਹੀ ਹੈ ਨਾ ਦਾਦਾ ਮੈਂ ਨਮਾਜ਼ ਪੜ੍ਹਦੇ ਪਏ ਸੀ ਅਤੇ ਹੁਣ ਪਾਪਾ ਮੰਮਾ ਨੇ ਚਾਵਲ ਬਣਾ ਕੇ ਦਿੱਤੇ ਆ ਅਤੇ ਉਹ ਖਾਂਦੇ ਨਹੀਂ ਇੱਥੇ ਨੀਚੇ ਰੱਖੂਗੀ ਸੋਹਣੀ ਜੀ ਬਿਰਿਆਨੀ ਪੜ੍ਹ ਕੇ ਇੱਕ ਪੜ੍ਹ ਚੱਲ ਕਿੱਥੇ ਆਉਣਾ ਹਾਂਜੀ